गरीबों के उत्थान के लिए करीब कई प्रकार की योजनाएं चला रही है। इस हैं इस समय हम मौजूद हैं सैलो गांव जो कि पिकड़ पंचायत के अधीन है और ये पिक्कड़ पंचायत पू ब्लाक के अधीन पड़ती है हम इस समय मौजूद हैं एक ऐसे परिवार में जो एक माँ और बेटी का परिवार है जो इस समय बिना छत के रहने पर मजबूर है इस ठोती ठंड में वो एक पशु का जो तबेला होता है वहां इस समय रहने पर मजबूर है आइए मिलते हैं उस परिवार से प्रकाश ਉਮਰਕਾਸ਼ ਜੀ ਤੋ ਤੁਸੀਂ ਇੰਦੇ ਘਰ ਦੇ ਕਿੰਨੇ ਨੀਤੀ ਕੀ ਰਹਿੰਦੇ ਮੇਰੇ ਸਕੂਲਾ ਕ ਨਸਰ ਕਰਨ ਪਰਲੇ ਸਾਡੇ ਜਿਹੜਾ بارش ਹੋਈਂ ਦਾ ਮਗਾ ਡੇਗਣ ਲੱਗੇ ਨਾ ਮੈਂ ਫੋਨ ਕੀਤਾ ਜਿਸ ਟਾਈਮ ਆਇਆ ਨਿਕਨੇ ਕਿ ਬੱਚੇ ਤਾਂ ਖਲ ਖੇਤਰੇ ਜੇ ਖਲ ਖੇਤਰੇ ਜੇ ਹਾਂ ਫਿਰਿੰਦਾ ਸਮਾਨ ਸੁੰਨ ਚੁੱਕਿਆ ਇਥੋਂ ਤੇ ਤੁਸੀਂ ਮਤਲਬ ਪੂਰਾ ਜਿਹੜਾ ਕੋਠੀ ਡਿੱਗਦੇ ਪੂਰਾ ਦਿਖਿਆ ਤੁਸੀਂ ਹਾਂ ਅੱਛਾ ਅੱਛਾ ਤੇ ਤੁਸੀਂ ਪਛਾਸਨਾ ਕਰਕੇ ਮਾਂ ਕਰਦੇਗੇ ਕਿ ਕੋਈ ਵੀ ਨਾ ਵੀ ਦਾ ਕੰਮ ਹੋਣਾ ਚਾਹੀਦਾ ਹਾਂ ਇਹਨੇ ਇਹਦਾ ਕੋ ਕਮਾਣਾ ਨੇ ਆਏ ਗਰੀਬ ਆਦਮ ਨੇ ਇੰਨੇ ਕੋ ਨਹੀਂ ਕਮਾਈ ਦੇਣਾ ਇੱਕ ਨਿੱਕਾ ਬੱਚਾ ਹੋਣਾ ਗੋਦ ਲੈਦਾ ਕੁੜੀ ਵੇਦ ਨਾਲ ਇੱਕ ਇਹਨੇ ਵੇਦ ਤੇ ਚਲੋ ਠੀਕ ਹੈ ਠੀਕ ਜਲਦੀ ਹਲਦੀ ਗੋਲ ਗੋ ਅੱਠੀ ਥੋੜਨਾ ਮੇਰਾ ਨਾਮ ਬੀਨਾ ਦੇਵੀ ਬੀਨਾ ਦੇਵੀ ਤੁਸੀਂ ਜਿਹੜਾ ਇਸ ਤਵੇਲਾ ਜਿਸ ਨਾਲ ਗੋੜ ਰੱਖਣਾ ਇਸ ਤਰ ਕਿੰਨੇ ਚਿਰ ਰਹਿਣੇ ਆ ਮੈਂ ਮਹੀਨਾ ਹੀ ਇੱਥੇ ਰਹਿੰਦਾ ਹਾਂ ਕਿਹ ਬਜਾ ਬਣੀ ਕਹੇ ਤੁਸੀਂ ਇਥੇ ਰਹਿਣੇ ਮਜਬੂਰ ਹੋਈਏ ਕਿ ਕਿਸ ਕੋਠੀ ਸਾਢੇ ਢਾਨ ਲੱਗਦੀ ਤੇ ਇਥੇ ਰਹਿਣਾ ਕੋਈ ਬੋਈ ਜੀ ਸਿਪੋਣੀ ਜਗਾ ਨਹੀਂ ਆਉਗਾ ਅੱਛਾ ਸਿਆੜਾ ਦਾ ਮੌਸਮ ਹੈ ਕੋਠੀ ਪਰ ਸੁੱਤੇ ਟੇ ਯਾਦਾ ਸੇ ਕੋਈ ਜਾਣਾ ਬਰਫ ਪੁੰਦੀ ਬਰਫ ਪੁੰਦੀ ਤੇ ਕੋਠੀ ਟਿਕਣਾ ਪੂਰਾ ਤੁਸੇ ਜੋ ਰਿਸਕ ਹੈ ਤੇ ਪੂਰਾ ਚਾਂਟ ਸਨੇ ਕੋਠੀ ਟਿਕ ਸਕਦੀ ਹੈ ਕਹਿ ਸਕਦੇ ਕੋਠੀ ਕੋਠੀ ਦਾ ਹਲਤ ਕਾਹ ਪੱਤਰ ਉਹ ਤਾਂ ਸੇ ਇਗਲੇ ਕੁਟਲੇ ਟਿਕ ਸਕਦੀ ਹੈ ਅੱਛਾ ਮੀ ਥੋੜੀ ਆਪਣੇ ਪਿਛਲੇ ਸਟੇਜ ਨਾਲ ਤੁਸੀਂ ਕਿ ਥੋੜਾ ਹੁੰਦੀ ਦੇਤ ਇਹ 20 ਸਾਲ ਹੋਈਏ ਬੀਜ਼ਲੂਏ ਹਾਂਜੀ ਠੀਕ ਹੈ ਠੀਕ ਹੈ ਤੇ ਤੁਸੀਂ ਇਸ ਵੇਲੇ ਆਪਣਾ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਉਹ ਕਿਹਾਂ ਕਰਾਨੀਆਂ ਪਾਲਣ ਪੋਸ਼ਣ ਕਰਾਨੀ ਹੈ ਮੈਂ ਬੁਰੀ ਹਾਲਤ ਕਰਨੇ ਪਾਲਣ ਪੋਸ਼ਣ ਕਰਾਨੀ ਹੈ ਤੇਲੇ ਸਕੂਲ ਰੋਟੀ ਬਣਾਣੇ ਜਿੰਨੀ ਉਹ ਵੀ ਮੈਂ 2 ਘੰਟੇ ਦਾ ਰਸਤਾ 3 ਘੰਟੇ ਦਾ ਰਸਤਾ ਉੱਥੇ ਪੁੱਜਣ ਦਾ ਨਿਕੀ ਤੇ ਪੂਰਾ ਦਿਨ ਲੱਗ ਜਾਂਦਾ ਮੈਂ ਹੁੰਦੀ ਜੰਦੀਆ ਝਾਰ ਵਿਵਸਥਾ ਕਿ ਬਣਦਾ ਮਤਲਬ 1000 ਰੁਪਿਆ ਮੈਂ ਉਥੋਂ ਸਕੂਲ ਦਾ ਲੇ ਗਈ ਤੇ ਮੈਂ ਬੱਚੇ ਰੋਟੀ ਨਹੀਂ ਤਿਆਰ ਹੁੰਦੀ ਮੈਂ ਕੋਠੇਕੀਆਂ ਬਣਾਉਣੀ ਉੱਥੇ ਹੋ ਰਿਹਾ ਇਹ ਤੇ ਮੇਰੀ ਇੱਕ ਕੁੜੀ 1.5 ਸਾਲ ਦੀ ਰਹੀ ਇੱਕ 4 ਸਾਲ ਦੀ ਰਹੀ ਮੈਂ ਬੜੇ ਮੁਸ਼ਕਿਲ ਗੱਲ ਆਪਣੇ ਬੱਚੇ ਪਾਲ ਲੈਣਾ ਇੱਕ ਬਿਹਾਈ ਤੇ ਇੱਕ ਹੁਣੀ ਤੇ ਬਿਹਾਈ ਦੇਣਾ 21 ਸਾਲ ਦੀ ਮੇਰੀ ਕੁੜੀ ਹੈ ਨਿੱਤਾ ਮੈਂ ਇਹਦੇ ਬਾਰੇ ਪੁੱਛਣਾ ਕਿ ਤੁਹਾਡਾ ਪੂਰਾ ਪਰਿਵਾਰ ਕਿੰਨਾ ਹੈ ਦੋ ਕੁੜੀਆਂ ਨੇ ਮੇਰੀਆਂ ਦੋ ਕੁੜੀਆਂ ਹਾਂ ਤੇ ਇੱਕ ਜਿਹੜੇ ਇੱਕ ਬਿਹਾਈ ਤੇ ਇੱਕ ਅਲ ਇਕ ਬਿਆਹ ਦੇਣਾ ਆਈ ਕਿ ਹੁਣ 21 ਸਾਲ ਦੀ ਕੁੜੀ ਕੇ ਮੈਂ ਕੁੜੀ ਕਿਹੇ ਬਿਆਹ ਦੇਣੀ ਤੇ ਮੈਂ ਘਰ ਕਿਹੇ ਬਣਾਣਾ ਅੱਛਾ ਅੱਛਾ ਮੈਂ ਰੋਟੀ ਤਿਆਰ ਨਹੀਂ ਕਰ ਸਕਨੀ ਆਪਣੇ ਢਿੱਡੇ ਦੇ ਮੈਂ ਕੋਠੀ ਪਾਇ ਸਕਨੀ ਜਿਆਦਾ ਲarning ਤੇ ਪਿੰਜਾਦੜੇ ਬੋਲਦੇ ਕੇ ਫਾਰਮ ਤੁਹਾਡੇ ਲਾ ਦੇਣਾ ਤੇ ਆਈ ਜਾਣੇ ਨਾ ਪਤਾ ਨਹੀਂ ਖਰਾ ਸਾਲ ਲਾਉਣੇ ਨਾ ਦੋ ਸਾਲ ਲਾਉਣੇ ਨਾ ਕਦੋਂ ਆਉਣੇ ਨਾ ਮੈਂ ਇੱਥੇ ਇੱਕ ਘੜੀ ਨਹੀਂ ਗੱਟੀ ਸਕਨੀ ਤਿੰਨ ਸਾਲ ਹੋਏ ਮੇਰਾ ਡੰਗਾ ਘੇ ਰਿਹਾ ਮੈਂ ਡੰਗੇ ਦੇ ਫੋਟੋ ਦਿੱਤੇ ਹੈ ਤਿੰਨ ਸਾਲ ਦਾ ਮੇਰਾ ਡੰਗਾ ਨਹੀਂ ਆਇਆ ਤਾਂ ਮੈਂ ਕਿ ਕੋਠੀ ਕੋ ਹਾਉਣੀ ਹੈ ਇਸ ਲਈ ਪਰਿਆਰ ਟੀਚਰ ਜਿਹਨੇ ਇਸ ਲਈ ਜ਼ਰੂਰਤ ਹੈ ਉਹਨੇ ਅਗਰ ਕੋਠੀ ਨਹੀਂ ਉਪਲਬਧ ਹੋਦੀ ਹੈ ਤੇ ਇਹਨੇ ਵਿਚਾਰੇ ਨੇ ਸਰਪੰਚ ਵੀ ਬਰੇਂਦੇ ਉਹ ਗਲਾਂਦੇ ਆ ਸੇ ਤੁਹਾਡਾ ਨਾਂ ਦਿੱਤਾ ਦਾ ਤੁਹਾਡੇ ਫਾਰਮ ਲਾ ਦੇਣਾ ਫਾਰਮ ਲਾ ਦੇਣਾ ਹੁਣ ਫਾਰਮ ਲਾਇ ਰੱਖ ਗਿਓ ਇਹ ਸਾਲ ਨੇ ਹੋਣਗੇ ਜਾਂ 2 ਸਾਲ ਨੇ ਹੋਣਗੇ 4 ਨੇ ਹੋਣਗੇ ਤੇ ਮੈਂ ਕੋਠੀ ਕਿੰਨੀਆਂ ਬਣਾਣੀ ਹੈ ਮੈਂ ਇੱਕ ਦਿਨ ਨਹੀਂ ਇੱਥੇ ਘਟ ਸਕਣੀ ਕੱਲ ਵਰਖਾ ਹੀ ਲੱਗੀ ਸਰ ਤਾਂ ਮੈਂ ਬੱਚੇ ਲੈ ਗਈ ਤੇ ਖੇਤਰੇ ਜੀ ਬੈਠੀ ਸੀ ਜਿਦ ਵੇ ਲਉਤ ਵਾਸੇ ਕੋ ਠੀਕੀ ਰੀ ਤੇ ਮਿੱਕੀ ਡਾਰ ਲੱਗਦਾ ਹਵੇ ਇਥੋਂ ਉਰਲੇ ਵਾਸੇ ਵੀ ਕੀਰੀ ਆਣੀ ਹੈ ਤੇ ਮੈਂ ਕੋਹਾਂ ਬੋਵਾਂ ਗੋੜ ਬੱਚੇ ਲਈ ਕੇ ਸੌਂਦਾ ਮਹੀਨਾ ਹੋਈਆ ਇਦ ਵੇਲੇ ਮਿੱਕੀ ਬੜੀ ਮੁਸ਼ਕਲ ਹੈ ਮੈਂ ਰੋਟੀ ਤਿਆਰ ਨਹੀਂ ਕਰ ਸਕਨੀ ਮੈਂ ਕੋਠੀ ਕੀਆਂ ਪਾਂ ਆ ਮੈਂ ਕੋਠੀ ਕੀਰੀ ਮਤਲਬ ਗਲਾਣਾ ਮਤਲਬ ਥੋੜਾ ਕੋਠੀ ਡਿੱਗੀ ਇੱਕ ਵਾਰ ਸਭ ਡਿੱਗੀ ਤੇ ਦੂਗਾ ਵਾਰ ਸਭ ਡਿੱਗਣੇ ਪੂਰੇ ਉਹ ਚਾਂਸ ਨਹੀਂ ਇਸ ਵੇਲੇ ਚਾਂਸ ਡਿੱਗਣਾ ਹੈ ਕਿ ਉਸ ਤੋਂ ਬਾਅਦ ਸੇ ਲਬਾਈ ਦੀ ਦੂਗਾ ਵਾਰ ਸੇ ਵੀ ਕੀਰੀ ਆਣੀ ਪੂਰੀ ਵਰਖਾ ਮੈਂ ਖੇਤਾਂ ਗੱਟ ਦੀ ਨੇ ਬੱਚੇ ਲਈ ਅੱਛਾ ਅੱਛਾ ਚਲੋ ਕੁੜੀਏ ਕੰਨੇ ਵੀ ਗੱਲ ਕਰਨਿਆ ਤੇ ਕੁੜੀ ਨਾ ਕੀ ਤੇਰਾ ਮੇਰਾ ਨਾ ਅਨੂ ਦੇਵੀ ਅਨੂ ਦੇਵੀ ਜੀ ਮੱਕਰੇ ਪਰੇਸ਼ਾਨੀ ਚਲਦੇ ਤੋ ਕਿ 10ਵੀਂ ਤੱਕ ਦੀ ਪੜ੍ਹਾਈ ਕਰਨ ਕੀਤੀ ਉਦਾਗਿਆ ਤੋ ਛੱਡੀ ਦਿੱਤੀ ਆ ਹਮ ਮਰ ਉਦਾਗਿਆ ਛੱਡਣੀ ਪਈ ਫੇਰੇ ਘਰ ਦਾ ਖਰਚਾ ਨਾ ਚੱਲਦਾ 10 ਸਾਲ ਮੇਰੀ ਪੜ੍ਹਾਈ ਦਾ ਕੋਹ ਚੱਲਣਾ ਇਹ ਹਰ ਤੈਜ਼ ਪਰਿਵਾਰ ਦੇ ਇੱਕ ਬੱਚੀ ਨੇ ਆਪਣੀ ਪੜ੍ਹਾਈ ਦੀ ਕੁਰਬਾਨੀ ਦਿਉੜੀ ਆਪਣੇ ਘਰ ਦਾ ਖਰਚਾ ਜਿਹੜਾ ਨਿਆਹਸਲੇ ਚਲਾਦਾ ਔਰ ਉਸੇ ਆਪਣੀ 10ਵੀਂ ਤੱਕ ਕੇ ਆਪਣੀ ਪੜ੍ਹਾਈ ਰੋਕਣੀ ਪਈ ਕਾਫੀ ਬੁਰੀ ਹਾਲਤ ਹੈ ਇਸ ਇਲਾਕੇ ਦੀ ਔਰ ਕਾਫੀ ਬੁਰੀ ਹਾਲਤ ਮੈਂ ਸਮਝਣਾ ਕਿ ਇਸ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਇੱਕ लाचार ਮਜਬੂਰ ਪਰਿਵਾਰ ਹੈ ਉਹਦਾ ਤੱਕ ਲੋਕ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਕਮ ਸੇ ਕਮ ਇਸ ਪਰਿਵਾਰ ਕੀ ਥੋੜੀ ਸਹਾਇਤਾ ਮਿਲ ਸਕੇ ਜੀ ਤੇ ਕਿ ਸਾਡੀ ਗਵਰਨਮੈਂਟ ਜਾਗੇ ਸਾਡੇ ਪੰਚਾਇਤ ਪ੍ਰਤੀਨਿਧੀ ਜਾਗਣ ਸਾਡੇ ਪ੍ਰਸ਼ਾਸਨ ਜਾਗੇ ਔਰ ਇਹਨੇ ਕਿਛ ਨਾ ਕਿਛ ਮਦਦ ਮਿਲੇ ਅਸੀ ਹੋਰ ਵੀ ਗੱਲ ਕਰ ਸਕਾਂ ਈ ਔਰ ਤੁਹਾਡੇ ਚੈਨਲ ਨੇ ਮਾਦੇ ਵਗਣਾ ਤੁਹਾਡਾ ਵੀ ਥੈਂਕ ਯੂ ਕਰਨਾ ਇਤਨੇ ਦੂਰੋਂ ਤੁਸੀਂ ਆਏ ਇੰਦੇ ਪਰਿਵਾਰ ਦੇ ਸਰ ਤੁਸੀਂ ਆਪੂ ਕੰਡੀਸ਼ਨ ਦੇਖਾ ਗਰਨੇ ਸਰ ਸਰ ਕੋਈ ਸੁਨਾਈ ਨ ਕਰਾ ਦਨਾ ਕੋਈ ਪ੍ਰਸ਼ਾਸਨ ਕਰਾ ਦਨਾ ਕੋਈ ਕੁਛ ਕਰਾ ਦਦਾ ਸਰ ਅਰ ਜਗਾ ਜਗਾ ਪੀਐਮ ਹੈ ਭਾਈ ਜਿਹੜੇ ਸਰਕਾਰੀ ਆਪਣੇ ਯੋਜਨਾ ਚੱਲ ਰਹੀ ਆ ਉਹਦੇ ਬਾਰੇ ਚ ਅਰੇ ਬੰਦੇ ਲਾਭ ਮਿਲਦਾ ਸਰ ਜਿਸੇ ਬੰਦੇ ਮਿਲਣਾ ਚਾਹਦਾ ਸਰ ਉਸੇ ਨੇ ਮਿਲਦਾ ਸਰ ਇਨੇ ਤੁਸੀਂ ਇੰਦਾ ਨਾ ਕੋਈ ਕਮਾਨ ਵਾਲਾ ਵਿਦਵਾਨ ਹੈ ਨਾ ਕੋਈ ਇੰਦਾ ਮੁੰਡਾ ਨਾ ਕੋਈ ਕੁਛ ਇਨਕਮ ਨਹੀਂ ਥਲੀ 1000 ਰੁਪਈਆ ਉਹਦੇ ਵਿੱਚ ਆਪਣਾ ਘਰ ਚਲਾਣਾ ਜਾ ਕੋਈ ਆਪਣੇ ਘਰ ਗੋਠੇ ਬਣਾਣਾ ਜਾਂ ਕੁੜੀਆਂ ਵਿਆਹ ਦੇਣਾ ਕਿਆ-ਕਿਆ ਕਰਨ ਸਾਰਾ ਸੇ ਪਤਾ ਸਾਰ ਕੀ ਸਿਸਟਮ ਹੈ ਕਿ ਇਹ ਨਹੀਂ ਸਾਰੇ ਤੁਸੀਂ ਦੇਖਾ ਕਰਨੇ ਆਪਣੇ ਪਰਲਾ ਵਸੇਂ ਦੀ ਗੋਠੀ ਠੇਜੀ ਦਾ ਉਹ ਵੀ ਡਿੱਗਨ ਰਹੀ ਹੈ ਕੋਹ ਹਰਾ ਕਰਦੇ ਨੇ ਕਿੰਨਿਆ ਕਿੰਨਿਆ ਆਪਣਾ ਟਾਈਮ ਪਾਸ ਕਰਾ ਕਰਦੇ ਸਾਰ ਇਹਦਾ ਵਾਸਤੇ ਮੈਂ ਤਾਂ ਪ੍ਰਸ਼ਾਸਨ ਅੱਗੇ ਅਪੀਲ ਕਰਨਾ ਕਿ ਜਲਦ ਤੋਂ ਜਲਦ ਇਹਦਾ ਕੋਈ ਹੱਲ ਕਰਵਾਇਆ ਜਾਏ ਆਪਣੇ ਪੰਚਾਇਤ ਵਾਲੇ ਅੱਗੇ ਹੱਥ ਜੋੜੀ ਕਰਕੇ ਦੁਰਗਾਸਤ ਕਰਨਾ ਤੇ ਆਪਣੇ ਲੀਡਰਾਂ ਕੋਲੇ ਵੀ ਦੁਰਗਾਸਤ ਕਰਨਾ ਐਡਮਿਨਿਸਟ੍ਰੇਸ਼ਨ ਕੋਲ ਅੱਗੇ ਜਾ ਕੇ ਦੁਰਗਾਸਤ ਕਰਨਾ ਇਹਨਾਂ ਕੁਛ ਨ ਕੁਛ ਹੱਲ ਜਲਦੀ ਹ ਜਲਦੀ ਕੀਤਾ ਜਾਵੇ ਇਹਨੇ ਇੱਕੜੇ ਕਰਨਾਈ ਨੀ ਜਲਨੇ ਪਵੇ